ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਅਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਪਰਮਾਤਮਾ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਪੁਆਇੰਟਮੈਂਟ ਰਿਜੈਕਟਡ ਦੇ ਬਾਰੇ, ਨੂਲਾ ਹਾਊਸ ਦਾ ਐਕਸਪਾਇਰ। ਅਤੇ ਜੇਕਰ ਤੁਹਾਡਾ ਨੂਲਾ ਹਾਊਸ ਦਾ ਐਕਸਪਾਇਰ ਹੋ ਚੁੱਕਾ ਹੈ, ਅਤੇ ਜਿਵੇਂ ਕਿ ਹੁਣ ਕਾਫੀ ਜਿਹੜੀਆਂ ਇਹ ਅਪੁਆਇੰਟਮੈਂਟਾਂ ਰਿਜੈਕਟ ਹੋਈਆਂ ਆ, ਅਤੇ ਜੇਕਰ ਤੁਹਾਡੀ ਵੀ ਅਪੁਆਇੰਟਮੈਂਟ ਰਿਜੈਕਟ ਹੋਈ ਆ, ਤਾਂ ਕਾਫੀ ਆਪਣੇ ਵੀਰ ਭਰਾ ਜਿਹੜੇ ਹੈਗੇ ਆ ਸੋਮਵਾਰ ਦੇ ਕਰੀਬ ਇਹ ਦਿੱਲੀ ਨੂੰ ਜਾ ਰਹੇ ਆ। ਅਤੇ ਦਿੱਲੀ ਅੰਬੈਸੀ ਦੇ ਵਿੱਚ ਜਾਊਗੇ ਇਕੱਠੇ ਹੋ ਗਏ, ਅਤੇ ਉੱਥੇ ਜਾ ਕੇ ਉਹਨਾਂ ਨਾਲ ਕੋਈ ਗੱਲਬਾਤ ਕਰੂਗੇ, ਅਤੇ ਫਿਰ ਇਸ ਚੀਜ਼ ਦਾ ਜਿਹੜਾ ਕੋਈ ਨਾ ਕੋਈ ਹੱਲ ਜਿਹੜਾ ਅੰਬੈਸੀ ਵੱਲੋਂ ਜ਼ਰੂਰ ਕੀਤਾ ਜਾਊਗਾ। ਅਤੇ ਅੱਗੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਇਸ ਟੋਪਿਕ ਦੇ ਉੱਤੇ, ਅਤੇ ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਜਾ ਸਕਦੇ ਹਾਂ। ਅਤੇ ਨਾਲ ਦੀ ਨਾਲ ਗੱਲ ਕਰਦੇ ਹਾਂ ਕਿ ਕਿੱਥੋਂ ਕੁ ਤੱਕ ਜਿਹੜਾ ਇਹ ਰੈਫਰੈਂਸ ਨੰਬਰ ਪਹੁੰਚ ਚੁੱਕਾ ਹੈ ਅਪੁਆਇੰਟਮੈਂਟਾਂ, ਜਿਨ੍ਹਾਂ ਦੀਆਂ ਨਹੀਂ ਰਿਜੈਕਟ ਹੋਈਆਂ ਅਤੇ ਉਹਨਾਂ ਨੂੰ ਜਿਹੜੀਆਂ ਇਹ ਅਪੁਆਇੰਟਮੈਂਟਾਂ ਮਿਲ ਰਹੀਆਂ ਆ। ਅਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ। ਅਤੇ ਜਿਹੜੇ ਆਪਣੇ ਵੀਰ ਭਰਾ ਚੈਨਲ 'ਤੇ ਨਵੇਂ ਆਉਂਦੇ ਹੁੰਦੇ, ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਅਤੇ ਨਾਲ ਦੀ ਨਾਲ ਇਹ ਘੰਟੀ ਵਾਲੇ ਬਟਨ ਨੂੰ ਵੀ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਆ ਕਰੋ, ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਵੀਡੀਓ ਵਧੀਆ ਲੱਗਦੀ ਹੁੰਦੀ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਆ। ਅਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕਮੈਂਟ ਦਾ ਜਵਾਬ ਵੀ ਜ਼ਰੂਰ ਦੇਵਾਂਗੇ, ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ। ਅਤੇ ਹੁਣ ਜਲਦੀ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ। ਅਤੇ ਇੱਥੇ ਸਭ ਤੋਂ ਪਹਿਲਾਂ ਦੇਖ ਲੈਂਦੇ ਜਿਵੇਂ ਕਿ ਹੁਣ ਕਾਫੀ ਜਿਹੜੀਆਂ ਅਪੁਆਇੰਟਮੈਂਟਾਂ ਇਹ ਰਿਜੈਕਟ ਹੋਈਆਂ ਸੀਗੀਆਂ ਮਿਸਮੈਚ ਹੋਣ ਦੇ ਕਰਕੇ। ਅਤੇ ਜਿਹੜੀ ਤੁਹਾਨੂੰ ਮੇਲ ਆਈ ਆ ਉਹਦੇ ਉੱਤੇ ਨਾ ਤਾਂ ਤੁਹਾਡਾ ਨਾਮ ਲਿਖਿਆ ਹੈ ਅਤੇ ਨਾ ਹੀ ਤੁਹਾਡਾ ਰੈਫਰੈਂਸ ਨੰਬਰ ਲਿਖਿਆ ਆ। ਅਤੇ ਇੱਕੋ ਵਾਰੀ ਕਾਫੀ ਵੀਰਾਂ ਭਰਾਵਾਂ ਨੂੰ ਜਿਹੜੀਆਂ ਇਹ ਅਪੁਆਇੰਟਮੈਂਟਾਂ ਭੇਜ ਦਿੱਤੀਆਂ ਗਈਆਂ ਅੰਬੈਸੀ ਵੱਲੋਂ। ਅਤੇ ਇੱਥੇ ਜੇਕਰ ਤੁਹਾਡੇ ਡਾਕੂਮੈਂਟਾਂ ਦੇ ਵਿੱਚ ਕੋਈ ਮਿਸਮੈਚ ਹੁੰਦਾ, ਤਾਂ ਜਦੋਂ ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਦੇ ਆ, ਤਾਂ ਫਿਰ ਜਿਹੜੀ ਇਹ ਤੁਹਾਡੀ ਅਪੁਆਇੰਟਮੈਂਟ ਬੁੱਕ ਨਹੀਂ ਹੋਣੀ ਸੀਗੀ। ਅਤੇ ਕਾਫੀ ਆਪਣੇ ਵੀਰ ਭਰਾ ਸੀਗੇ ਜਿਨ੍ਹਾਂ ਨੇ ਦੋ ਤੋਂ ਲੈ ਕੇ ਤਿੰਨ ਤਿੰਨ ਵਾਰ ਜਿਹੜਾ ਇਹ ਆਪਣਾ ਨੂਲਾ ਹਾਊਸ ਜਾਂ ਫਿਰ ਆਪਣੇ ਪਾਸਪੋਰਟ ਜਿਹੜੇ ਆ ਅਪਲੋਡ ਕੀਤੇ ਸੀਗੇ, ਅਤੇ ਉਹਨਾਂ ਨੂੰ ਫਿਰ ਵੀ ਜਾ ਕੇ ਕਿੰਨੇ ਸਮੇਂ ਬਾਅਦ ਜਿਹੜੀ ਅਪੁਆਇੰਟਮੈਂਟ ਇਹ ਰਿਜੈਕਸ਼ਨ ਦੀ ਮੇਲ ਆਈ ਆ। ਅਤੇ ਜੇਕਰ ਤੁਹਾਨੂੰ ਵੀ ਇੱਦਾਂ ਦੀ ਕੋਈ ਮੇਲ ਆਈ ਹੈਗੀ ਆ, ਤਾਂ ਕਾਫੀ ਆਪਣੇ ਵੀਰ ਭਰਾ ਜਿਹੜੇ ਹੈਗੇ ਆ ਸੋਮਵਾਰ ਨੂੰ ਇਕੱਠੇ ਹੋ ਕੇ ਅੰਬੈਸੀ ਦੇ ਵਿੱਚ ਜਾ ਰਹੇ ਆ ਦਿੱਲੀ, ਅਤੇ ਤੁਸੀਂ ਵੀ ਉਹਨਾਂ ਦੇ ਨਾਲ ਜਾ ਸਕਦੇ ਆ। ਕਮੈਂਟਾਂ ਦੇ ਵਿੱਚ ਤੁਸੀਂ ਦੱਸਦੇ ਹੋ ਅਤੇ ਆਪਣੇ ਨਾਲ ਇੱਕ ਦੂਜੇ ਨਾਲ ਸੰਪਰਕ ਕਰ ਸਕਦੇ ਆ, ਤਾਂ ਜੋ ਉੱਥੇ ਜਾ ਕੇ ਕੋਈ ਨਾ ਕੋਈ ਹੱਲ ਜਿਹੜਾ ਉਹ ਜ਼ਰੂਰ ਹੋ ਸਕੇ। ਅਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਅਪੁਆਇੰਟਮੈਂਟਾਂ ਦੀ। ਅਪੁਆਇੰਟਮੈਂਟਾਂ ਨੂੰ ਲੈ ਕੇ ਤਾਜ਼ਾ ਅਪਡੇਟ ਆ ਰਹੀ ਹੈਗੀ ਆ ਜਲੰਧਰ ਤੋਂ। ਜਲੰਧਰ ਤੋਂ 50,399 ਦੇ ਕਰੀਬ ਰੈਫਰੈਂਸ ਨੰਬਰ ਸੀਗਾ, ਅਤੇ 13 ਸਤੰਬਰ ਦੀ ਜਿਹੜੀ ਉਹਨਾਂ ਨੂੰ ਅਪੁਆਇੰਟਮੈਂਟ ਮਿਲੀ ਆ। ਅਤੇ ਹੋਰ ਵੀ ਜਿਹੜੇ ਜਲੰਧਰ ਤੋਂ ਬੁੱਕ ਕੀਤੀਆਂ ਅਪੁਆਇੰਟਮੈਂਟਾਂ ਜਿਹੜੀਆਂ ਕਾਫੀ ਵੀਰਾਂ ਭਰਾਵਾਂ ਨੂੰ ਮਿਲ ਰਹੀਆਂ ਆ। ਅਤੇ ਚੰਡੀਗੜ੍ਹ ਦੀ ਅਪਡੇਟ ਆ ਰਹੀ ਹੈਗੀ ਆ ਜੀ, 2,390 ਪਲੱਸ ਰੈਫਰੈਂਸ ਨੰਬਰ ਸੀਗਾ, 12 ਜੂਨ ਨੂੰ ਉਹਨਾਂ ਨੇ ਆਪਣੀ ਅਪੁਆਇੰਟਮੈਂਟ ਬੁੱਕ ਕੀਤੀ ਸੀਗੀ, ਅਤੇ 11 ਸਤੰਬਰ ਦੀ ਉਹਨਾਂ ਨੂੰ ਜਿਹੜੀ ਇਹ ਅਪੁਆਇੰਟਮੈਂਟ ਮਿਲੀ ਆ। ਅਤੇ ਇੱਥੇ ਕਾਫੀ ਵੀਰਾਂ ਭਰਾਵਾਂ ਦਾ ਇਹ ਵੀ ਬਹੁਤ ਸਵਾਲ ਆਉਂਦਾ ਹੈਗਾ ਆ ਕਿ ਜੇਕਰ ਸਾਡਾ ਨੂਲਾ ਹਾਊਸ ਦਾ ਐਕਸਪਾਇਰ ਹੋ ਜਾਂਦਾ ਆ ਅਤੇ ਅਸੀਂ ਅਪੁਆਇੰਟਮੈਂਟ ਆਪਣੀ ਬੁੱਕ ਕੀਤੀ ਉਹ, ਤਾਂ ਕੀ ਸਾਨੂੰ ਅਪੁਆਇੰਟਮੈਂਟ ਜਿਹੜੀ ਉਹ ਮਿਲ ਸਕਦੀ ਆ? ਹਾਂਜੀ ਬਿਲਕੁਲ, ਜੇਕਰ ਤੁਸੀਂ ਨੂਲਾ ਉਸ ਦਾ ਐਕਸਪਾਇਰ ਹੋਣ ਤੋਂ ਪਹਿਲਾਂ ਆਪਣੀ ਅਪੁਆਇੰਟਮੈਂਟ ਜਿਹੜੀ ਇਹ ਬੁੱਕ ਕਰ ਲੈਂਦੇ ਹਾਂ, ਅਤੇ ਤੁਹਾਨੂੰ ਰੈਫਰੈਂਸ ਨੰਬਰ ਜਿਹੜਾ ਉਹ ਮਿਲ ਜਾਂਦਾ ਆ, ਅਤੇ ਉਸ ਤੋਂ ਬਾਅਦ ਭਾਵੇਂ ਤੁਹਾਡਾ ਨੂਲਾ ਉਸ ਦਾ ਐਕਸਪਾਇਰ ਵੀ ਹੋ ਜਾਵੇ, ਤਾਂ ਵੀ ਜਿਹੜੀ ਇਹ ਤੁਹਾਨੂੰ ਅੰਬੈਸੀ ਵੱਲੋਂ ਅਪੁਆਇੰਟਮੈਂਟ ਜ਼ਰੂਰ ਦਿੱਤੀ ਜਾਂਦੀ ਆ। ਅਤੇ ਜਦੋਂ ਜੁਲਾਈ ਦੇ ਵਿੱਚ ਅਪੁਆਇੰਟਮੈਂਟਾਂ ਓਪਨ ਹੋਈਆਂ ਸੀਗੀਆਂ, ਤਾਂ ਕਾਫੀ ਵੀਰ ਭਰਾ ਇੱਦਾਂ ਦੇ ਸੀਗੇ ਜਿਨ੍ਹਾਂ ਦਾ ਨੂਲਾ ਉਸ ਦਾ ਅਗਸਤ ਦੇ ਪਹਿਲੇ ਹਫ਼ਤੇ ਦੇ ਵਿੱਚ ਐਕਸਪਾਇਰ ਹੋ ਰਿਹਾ ਸੀਗਾ, ਅਤੇ ਜੁਲਾਈ ਦੇ ਵਿੱਚ ਜਦੋਂ ਅਪੁਆਇੰਟਮੈਂਟਾਂ ਓਪਨ ਹੋਈਆਂ, ਤਾਂ ਉਹਨਾਂ ਨੇ ਜਿਹੜੀਆਂ ਆਪਣੀਆਂ ਅਪੁਆਇੰਟਮੈਂਟਾਂ ਬੁੱਕ ਕਰ ਲਈਆਂ, ਅਤੇ ਹੁਣ ਉਹਨਾਂ ਨੂੰ ਵੀ ਜਿਹੜੀਆਂ ਇਹ ਅਪੁਆਇੰਟਮੈਂਟਾਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਆ। ਅਤੇ ਵੇਟ ਕਰ ਲਓ, ਜਿਹੜੇ ਵੀਰਾਂ ਭਰਾਵਾਂ ਦੀ ਅਪੁਆਇੰਟਮੈਂਟ ਨਹੀਂ ਰਿਜੈਕਟ ਹੋਈ, ਤਾਂ ਅਪੁਆਇੰਟਮੈਂਟਾਂ ਜਿਹੜੀਆਂ ਤੁਹਾਨੂੰ ਜਲਦੀ ਮਿਲ ਜਾਣੀਆਂ ਆ। ਅਤੇ ਅੰਬੈਸੀ ਦੇ ਵਿੱਚ ਕਿਹੜੇ ਕਿਹੜੇ ਪੇਪਰ ਚਾਹੀਦੇ, ਇਹ ਤਾਂ ਤੁਹਾਨੂੰ ਆਪਾਂ ਲਗਭਗ ਪਹਿਲਾਂ ਸਾਰਿਆਂ ਨੂੰ ਦੱਸਿਆ ਹੈ, ਅਤੇ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਪਹਿਲੀਆਂ ਵੀਡੀਓ ਜਾ ਕੇ ਚੈੱਕ ਕਰ ਸਕਦੇ ਹਾਂ। ਅਤੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਕਿਹੜੇ ਕਿਹੜੇ ਪੇਪਰ ਤੁਹਾਨੂੰ ਚਾਹੀਦੇ ਆ ਅੰਬੈਸੀ ਦੇ ਵਿੱਚ। ਅਤੇ ਅੰਬੈਸੀ ਦੇ ਵਿੱਚ ਤੁਹਾਨੂੰ ਕੋਈ ਵੀ ਪੇਪਰ ਇਹ ਟੈਸਟਡ ਜਿਹੜਾ ਕਰਾਉਣ ਦੀ ਨਹੀਂ ਲੋੜ ਹੈਗੀ, ਅਤੇ ਬਿਨਾਂ ਪੇਪਰ ਜਿਹੜੇ ਟੈਸਟਡ ਆ ਉਹ ਵੀ ਚੱਲ ਜਾਂਦੇ ਆ।
ਅਤੇ ਇਸ ਤੋਂ ਬਾਅਦ ਕਾਫ਼ੀ ਆਪਣੇ ਵੀਰਾਂ ਭਰਾਵਾਂ ਦੇ ਕਮੈਂਟਾਂ ਦੇ ਵਿੱਚ ਸਵਾਲ ਆਉਂਦੇ ਆ ਅਤੇ ਉਹਨਾਂ ਦੇ ਕਮੈਂਟਾਂ ਦਾ ਜਵਾਬ ਦੇਣਾ ਜਿਹੜਾ ਉਹ ਵੀ ਬਹੁਤ ਜ਼ਰੂਰੀ ਆ। ਅਤੇ ਹੁਣ ਆਪਾਂ ਉਹਨਾਂ ਦੇ ਕਮੈਂਟ ਦੇਖ ਲੈਂਦੇ ਹਾਂ। ਅਤੇ ਸਭ ਤੋਂ ਪਹਿਲਾ ਕਮੈਂਟ ਹੈਗਾ ਜੀ ਦਿਲਵਾਗ ਸਿੰਘ ਵੱਲੋਂ, ਕਹਿੰਦੇ 66,000 ਜਲੰਧਰ ਦੇ ਵਿੱਚੋਂ ਕਹਿੰਦੇ ਰੈਫਰੈਂਸ ਨੰਬਰ ਆ ਅਤੇ ਕਦੋਂ ਕਦਾ ਕਹਿੰਦੇ ਅਪੁਆਇੰਟਮੈਂਟ ਮਿਲ ਸਕਦੀ ਆ। ਅਤੇ ਜਲੰਧਰ ਦੇ ਵਿੱਚੋਂ ਤਾਜ਼ਾ ਅਪਡੇਟ ਇਹ ਹੈਗੀ ਆ ਕਿ 50,399 ਨੰਬਰ ਨੂੰ ਜਿਹੜੀ ਇਹ ਅਪੁਆਇੰਟਮੈਂਟ ਮਿਲੀ ਹੈਗੀ ਆ ਜੀ 13 ਸਤੰਬਰ ਦੀ, ਅਤੇ ਜਲੰਧਰ ਤੋਂ ਇਹ ਮਿਲੀ ਆ ਅਤੇ ਤੁਹਾਨੂੰ ਵੀ ਅਪੁਆਇੰਟਮੈਂਟ ਜਲਦੀ ਮਿਲ ਜਾਣੀ ਆ। ਨੰਬਰ ਜਿਹੜਾ ਹੁਣ ਤਾਂ ਨੂੰ ਹੀ ਵੱਧ ਰਿਹਾ, ਬਸ ਵੇਟ ਕਰ ਲਓ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰਵੀ ਰਾਜ ਵੱਲੋਂ, ਕਹਿੰਦੇ ਬਾਈ ਰਿਜੈਕਸ਼ਨ ਈਮੇਲ ਵਾਲਿਆਂ ਦਾ ਕੋਈ ਹੱਲ ਹੋਊਗਾ, ਨੂਲਾ ਉਸਤਾ ਵੀ ਕਹਿੰਦੇ ਐਕਸਪਾਇਰ ਹੋ ਚੁੱਕਾ ਆ। ਅਤੇ ਜੇਕਰ ਤੁਹਾਡਾ ਵੀ ਨੂਲਾ ਉਸਤਾ ਐਕਸਪਾਇਰ ਹੋ ਚੁੱਕਾ ਹੈ ਤਾਂ ਤੁਸੀਂ ਜਿਵੇਂ ਕਿ ਕਾਫ਼ੀ ਆਪਣੇ ਵੀਰ ਭਰਾ ਜਿਹੜੇ ਦਿੱਲੀ ਨੂੰ ਜਾ ਰਹੇ ਹੈਗੇ ਆ, ਅਤੇ ਤੁਸੀਂ ਵੀ ਉਹਨਾਂ ਦੇ ਨਾਲ ਜਾ ਸਕਦੇ ਆ ਅਤੇ ਉੱਥੇ ਜਾ ਕੇ ਕੋਈ ਨਾ ਕੋਈ ਅੰਬੈਸੀ ਵਾਲੇ ਹੱਲ ਜਿਹੜਾ ਇਸ ਚੀਜ਼ ਦਾ ਜ਼ਰੂਰ ਦੱਸੂਗੇ। ਅਤੇ ਜਿੰਨੇ ਜ਼ਿਆਦਾ ਵੀਰ ਭਰਾ ਜਾਣਗੇ ਅਤੇ ਉਨਾ ਹੀ ਜ਼ਿਆਦਾ ਫਾਇਦਾ ਹੈ, ਕਿਉਂਕਿ ਜੇਕਰ 2-3 ਜਣੇ ਜਾਂਦੇ ਆ ਤਾਂ ਉੱਥੇ ਜਾ ਕੇ ਕੋਈ ਵੀ ਉਹਨਾਂ ਦੀ ਗੱਲਬਾਤ ਉਹਨਾਂ ਨੇ ਨਹੀਂ ਸੁਣਨੀ, ਅਤੇ ਜਿੰਨੇ ਜ਼ਿਆਦਾ ਜਾਂਦੇ ਆ ਅਤੇ ਉਨਾ ਹੀ ਜ਼ਿਆਦਾ ਫਾਇਦਾ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੈਣੀ ਤਾਂ ਵੱਲੋਂ, ਕਹਿੰਦੇ ਕਿਸੇ ਦਾ ਕਨਵਰ ਸਿਉਣੇ ਵਾਲਾ ਦਮਾਂਦਾ ਹੋਇਆ ਆ, ਪਲੀਜ਼ ਕਹਿੰਦੇ ਜ਼ਰੂਰ ਦੱਸਿਓ 21 ਮਾਰਚ ਨੂੰ ਲਤੀਨਾ ਦੇ ਵਿੱਚੋਂ। ਅਤੇ ਜਿਹੜੇ ਵੀ ਆਪਣੇ ਵੀਰ ਭਰਾ ਆਪਾਂ ਨੂੰ ਦੇਖਦੇ ਸੁਣਦੇ ਆ, ਜੇਕਰ ਕਿਸੇ ਵੀ ਵੀਰ ਭਰਾ ਦੇ ਪੇਪਰ ਨਿਕਲਦੇ ਆ ਤਾਂ ਸਾਡੇ ਨਾਲ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਆ, ਭਾਵੇਂ ਉਹ 9 ਮਹੀਨੇ ਵਾਲੇ ਪੇਪਰ ਆ, ਭਾਵੇਂ ਉਹ ਸਾਲ ਵਾਲੇ ਪੇਪਰ ਆ, ਜਾਂ ਫਿਰ ਡੋਮੈਸਟਿਕ, ਜਾਂ ਫਿਰ ਤੁਸੀਂ ਕਨਵਰ ਸਿਉਣੇ ਵਾਲਾ ਦਮਾਂਦਾ ਕਰਾਇਆ, ਤਾਂ ਸਾਡੇ ਨਾਲ ਜਿਹੜਾ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਆ, ਤਾਂ ਜੋ ਹੋਰ ਵੀ ਜਿਹੜੇ ਆਪਣੇ ਵੀਰ ਆਪਾਂ ਨੂੰ ਦੇਖਦੇ ਉਹਨਾਂ ਨੂੰ ਵੀ ਜਿਹੜੀ ਇੱਕ ਇਨਫੋਰਮੇਸ਼ਨ ਮਿਲ ਸਕੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਕਰਨ ਔਜਲਾ ਓਫੀਸ਼ੀਅਲ ਵੱਲੋਂ, ਕਹਿੰਦੇ ਭਾਅ ਜੀ ਰੈਫਰੈਂਸ ਨੰਬਰ ਹੈਗਾ ਆ 58,000+ ਜਲੰਧਰ, ਅਤੇ ਕਦੋਂ ਕਦਾਂ ਕਹਿੰਦੇ ਅਪੁਆਇੰਟਮੈਂਟ ਆਊਗੀ। ਅਤੇ ਅਪੁਆਇੰਟਮੈਂਟ ਜਿਵੇਂ ਕਿ ਪਹਿਲਾਂ ਹੀ ਗੱਲ ਕਰਕੇ ਹਟਿਆ, ਜਲੰਧਰ ਦੇ ਵਿੱਚ 50,000 ਤੋਂ ਜਿਹੜਾ ਇਹ ਰੈਫਰੈਂਸ ਨੰਬਰ ਟੱਪ ਚੁੱਕਾ ਆ, ਅਤੇ ਜਲਦੀ ਅਪੁਆਇੰਟਮੈਂਟ ਹੁਣ ਉੱਪਰ ਵਾਲੇ ਰੈਫਰੈਂਸ ਨੰਬਰਾਂ ਵੱਲ ਨੂੰ ਹੀ ਵੱਧ ਰਹੀ ਆ, ਅਤੇ ਤੁਸੀਂ ਵੇਟ ਕਰ ਸਕਦੇ ਆ। ਅਤੇ ਹੋ ਸਕਦਾ ਹੈ ਕਿ ਇਸ ਮਹੀਨੇ ਦੇ ਵਿੱਚ ਇਹ ਤੁਹਾਨੂੰ ਜਿਹੜੀ ਅਪੁਆਇੰਟਮੈਂਟ ਉਹ ਜ਼ਰੂਰ ਮਿਲ ਜਾਵੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਟਰੈਵਲ ਐਂਡ ਮੋਰ ਵੱਲੋਂ, ਕਹਿੰਦੇ ਭਾਅ ਜੀ ਇੱਕ ਇਨਫੋਰਮੇਸ਼ਨ ਚਾਹੀਦੀ ਸੀਗੀ, ਟਰੈਵਲ ਇੰਸ਼ੋਰੈਂਸ ਕਹਿੰਦੇ ਕਦੋਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ, ਅਪੁਆਇੰਟਮੈਂਟ ਡੇਟ ਤੋਂ ਜਾਂ ਫਿਰ ਡੰਮੀ ਟਿਕਟ ਵਾਲੇ ਦਿਨ ਤੋਂ। ਅਤੇ ਰੈਫਰੈਂਸ ਨੰਬਰ ਜਿਹੜਾ ਹੈਗਾ ਲਗਭਗ ਤੁਹਾਡਾ 1 ਮਹੀਨੇ ਬਾਅਦ ਤੋਂ ਵੀ ਤੁਸੀਂ ਜਿਹੜਾ ਸ਼ੁਰੂ ਕਰਵਾ ਸਕਦੇ ਜਦੋਂ ਤੁਹਾਡੀ ਅਪੁਆਇੰਟਮੈਂਟ ਦੀ ਤਰੀਕ ਹੁੰਦੀ ਆ, ਅਤੇ ਡੰਮੀ ਡੇਟ ਤੋਂ ਪਹਿਲਾਂ ਜਿਹੜਾ ਇਹ ਤੁਹਾਡਾ ਟਰੈਵਲ ਮੈਡੀਕਲ ਇੰਸ਼ੋਰੈਂਸ ਸ਼ੁਰੂ ਹੋਣਾ ਚਾਹੀਦਾ, 3-4 ਦਿਨ ਤੁਸੀਂ ਜਿਹੜਾ ਇਹ ਪਹਿਲਾਂ ਕਰਵਾ ਸਕਦੇ ਆ। ਅਤੇ ਧਿਆਨ ਰੱਖਿਓ ਘੱਟੋ ਘੱਟ 3 ਮਹੀਨੇ ਦਾ ਜਿਹੜਾ ਇਹ ਤੁਹਾਡਾ ਟਰੈਵਲ ਮੈਡੀਕਲ ਇੰਸ਼ੋਰੈਂਸ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਇਹਨਾਂ ਵੱਲੋਂ ਹੀ ਆ, ਅਤੇ ਕਹਿੰਦੇ ਹੈਗੇ ਆ ਕਿ ਫੇਸ ਆਈਡੀ ਟੈਸਟਡ ਚਾਹੀਦੀ ਆ ਅੰਬੈਸੀ ਦੇ ਵਿੱਚ ਫਾਈਲ ਜਮ੍ਹਾਂ ਕਰਾਉਣ ਦੇ ਲਈ, ਕਹਿੰਦੇ ਜ਼ਰੂਰ ਦੱਸਿਓ। ਅਤੇ ਇੱਥੇ ਜੇਕਰ ਆਪਾਂ ਦੇਖ ਲਈਏ ਕੋਈ ਵੀ ਪੇਪਰ ਜਿਹੜਾ ਤੁਹਾਨੂੰ ਟੈਸਟਡ ਕਰਾਉਣ ਦੀ ਲੋੜ ਨਹੀਂ ਹੈਗੀ, ਅੰਬੈਸੀ ਬਿਨਾਂ ਪੇਪਰ ਟੈਸਟਡ ਤੋਂ ਵੀ ਫਾਈਲ ਜਿਹੜੀ ਇਹ ਜਮ੍ਹਾਂ ਕਰ ਰਹੀ ਆ। ਅਤੇ ਜੇਕਰ ਤੁਹਾਡੇ ਪੇਪਰ ਟੈਸਟਡ ਨਹੀਂ ਹੈਗੇ ਤਾਂ ਘਬਰਾਉਣ ਦੀ ਲੋੜ ਨਹੀਂ ਹੈਗੀ, ਤੁਹਾਡੀ ਜਿਹੜੀ ਫਾਈਲ ਅੰਬੈਸੀ ਦੇ ਵਿੱਚ ਜ਼ਰੂਰ ਜਮ੍ਹਾਂ ਹੋਊਗੀ, ਅਤੇ ਕਾਫ਼ੀ ਆਪਣੇ ਵੀਰ ਭਰਾ ਜਿਹੜੇ ਹੈਗੇ ਆ ਫਾਈਲ ਜਮ੍ਹਾਂ ਕਰਾ ਕੇ ਵੀ ਆਉਂਦੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਨਜੋਤ ਸਿੰਘ ਵੱਲੋਂ, ਕਹਿੰਦੇ ਹੈਲੋ ਰੈਫਰੈਂਸ ਨੰਬਰ ਹੈਗਾ ਆ 70,000+, ਅਤੇ ਕਹਿੰਦੇ ਮੈਨੂੰ ਹਜੇ ਕਨਫਰਮੇਸ਼ਨ ਦੀ ਮੇਲ ਨਹੀਂ ਆਈ, 26 ਜੁਲਾਈ ਨੂੰ ਕਹਿੰਦੇ ਵੈਬ ਫੋਰਮ ਫਿਲ ਕੀਤਾ ਸੀਗਾ, ਅਤੇ ਕਹਿੰਦੇ ਕਦੋਂ ਕੁ ਤੱਕ ਆਊਗੀ। ਅਤੇ ਇੱਥੇ ਜੇਕਰ ਆਪਾਂ ਦੇਖ ਲਈਏ ਤੁਹਾਡਾ ਰੈਫਰੈਂਸ ਨੰਬਰ ਹਜੇ ਕਾਫ਼ੀ ਜ਼ਿਆਦਾ ਹੈ, ਹਜੇ ਤੈਨੂੰ ਥੋੜ੍ਹਾ ਜਿਹਾ ਟਾਈਮ ਲੱਗ ਸਕਦਾ ਆ, ਅਤੇ ਹੋ ਸਕਦਾ ਕਿ ਅਗਲੇ ਮਹੀਨੇ ਸਤੰਬਰ ਦੇ ਵਿੱਚ ਜਿਹੜੀ ਇਹ ਤੁਹਾਨੂੰ ਮੇਲ ਜ਼ਰੂਰ ਆ ਸਕਦੀ ਆ, ਪਰ ਹਜੇ ਤੁਸੀਂ ਵੇਟ ਕਰੋ, ਹਜੇ ਕਾਫ਼ੀ ਜਿਹੜੇ ਵੀਰ ਭਰਾ ਜਿਨ੍ਹਾਂ ਨੇ ਜੂਨ 'ਚ ਬੁੱਕ ਕੀਤੀ ਸੀਗੀ ਉਹ ਵੀ ਹਜੇ ਵੇਟ ਕਰ ਰਹੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਅਮਨਜੋਤ ਸਿੰਘ ਵੱਲੋਂ, ਕਹਿੰਦੇ ਵੀਰ ਮੇਰਾ ਜੂਨ ਮੰਥ ਦੇ ਪੇਪਰ ਆ, ਕਹਿੰਦੇ ਅਜੇ ਤੱਕ ਅਪਲਾਈ ਨਹੀਂ ਕੀਤੀ ਹੈਗੀ ਅਪੁਆਇੰਟਮੈਂਟ, ਕਹਿੰਦੇ ਕਦੋਂ ਕੁ ਤੱਕ ਮਿਲਣੀ ਸ਼ੁਰੂ ਹੋਊਗੀ। ਅਤੇ ਅਪੁਆਇੰਟਮੈਂਟਾਂ ਤੁਸੀਂ ਚੈੱਕ ਕਰਦੇ ਰਹੋ, ਅਪੁਆਇੰਟਮੈਂਟਾਂ ਜਿਹੜੀਆਂ ਇਹ ਹੁਣ ਜਲਦੀ ਤੋਂ ਜਲਦੀ ਜਿਹੜੀਆਂ ਓਪਨ ਹੁੰਦੀਆਂ ਰਹਿਣੀਆਂ ਆ, ਅਤੇ ਜਦੋਂ ਵੀ ਅਪੁਆਇੰਟਮੈਂਟ ਉੱਥੇ ਓਪਨ ਮਿਲੀ ਤਾਂ ਤੁਸੀਂ ਆਪਣਾ ਜਿਹੜਾ ਵੈਬ ਫੋਰਮ ਭਰ ਸਕਦੇ ਆ, ਪਰ ਇਹਦੇ ਲਈ ਤੁਹਾਨੂੰ ਜਿਹੜਾ ਇਹ ਡੇਲੀ ਚੈੱਕ ਕਰਦੇ ਰਹਿਣਾ ਪਊਗਾ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੂਰਜ ਕੰਬੋਜ ਵੱਲੋਂ,
ਕਹਿੰਦੇ ਬ੍ਰਦਰ ਮੇਰਾ ਰੈਫਰੈਂਸ ਨੰਬਰ ਹੈਗਾ 61,000 ਅਤੇ ਕਹਿੰਦੇ ਕਦੋਂ ਕੁ ਤੱਕ ਅਪੁਆਇੰਟਮੈਂਟ ਮਿਲ ਸਕਦੀ ਹੈ ਦਿੱਲੀ ਦੇ ਵਿੱਚ? ਅਤੇ ਦਿੱਲੀ ਦੇ ਵਿੱਚ 67,000 ਪਲੱਸ ਇੱਕ ਅਪੁਆਇੰਟਮੈਂਟ ਮਿਲੀ ਸੀਗੀ ਆਪਣੇ ਵੀਰ ਨੂੰ 27 ਅਗਸਤ ਦੀ ਦਿੱਲੀ ਦੇ ਵਿੱਚ, ਅਤੇ ਤੁਹਾਨੂੰ ਵੀ ਅਪੁਆਇੰਟਮੈਂਟ ਮਿਲ ਜਾਣੀ। ਹੁਣ ਰੈਫਰੈਂਸ ਨੰਬਰ ਜਿਹੜਾ ਆ 60,000 ਤੋਂ ਲੈ ਕੇ 70,000 ਦੇ ਕਰੀਬ ਜਿਹੜਾ ਚੱਲ ਰਿਹਾ ਆ, ਅਤੇ ਹੋ ਸਕਦਾ ਆ ਮਹੀਨੇ ਜਿਹੜਾ ਆ ਤੁਹਾਨੂੰ ਕਾਫੀ ਚਾਂਸ ਆ ਅਪੁਆਇੰਟਮੈਂਟ ਮਿਲਣ ਦੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਦੀਪਕ ਵੱਲੋਂ, ਕਹਿੰਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਵੀਰ ਜੀ ਨੂਲਾ ਉਸਦਾ ਡਾਕੂਮੈਂਟ ਸਬਮਿਟ ਕਰਨ ਦੇ ਲਈ ਟਰੈਵਲ ਇੰਸ਼ੋਰੈਂਸ ਜਿਹੜਾ ਕਹਿੰਦੇ ਕਰਾਉਣਾ ਪੈਂਦਾ ਆ? ਹਾਂਜੀ ਬਿਲਕੁਲ, ਜਦੋਂ ਤੁਸੀਂ ਆਪਣੀ ਫਾਈਲ ਅੰਬੈਸੀ ਦੇ ਵਿੱਚ ਜਮ੍ਹਾਂ ਕਰਾਉਣੀ ਹੈ ਤਾਂ ਫਾਈਲ ਦੇ ਵਿੱਚ ਤੁਹਾਡਾ ਟਰੈਵਲ ਮੈਡੀਕਲ ਇੰਸ਼ੋਰੈਂਸ ਜਿਹੜਾ ਉਹ ਵੀ ਹੋਣਾ ਬਹੁਤ ਜ਼ਰੂਰੀ ਆ, ਅਤੇ ਉਹਦੇ ਨਾਲ ਨਾਲ ਤੁਹਾਡੇ ਕੋਲ ਡੰਮੀ ਟਿਕਟ ਵੀ ਹੋਣੀ ਜ਼ਰੂਰੀ ਆ, ਅਤੇ ਬਾਕੀ ਸਾਰੇ ਪੇਪਰ ਜਿਹੜੇ ਉਹ ਵੀ ਤੁਸੀਂ ਜ਼ਰੂਰ ਲੈ ਕੇ ਜਾਇਓ, ਅਤੇ ਸੀ ਸਟੈਗ ਵਾਲਾ ਜਿਹੜਾ ਪੇਪਰ ਆ ਉਹ ਵੀ ਤੁਸੀਂ ਧਿਆਨ ਰੱਖਿਓ, ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਆ, ਅਤੇ ਇਹਨਾਂ ਪੇਪਰਾਂ ਤੋਂ ਬਿਨਾਂ ਤੁਹਾਡੀ ਫਾਈਲ ਜਿਹੜੀ ਆ ਸਬਮਿਟ ਉਹ ਨਹੀਂ ਹੋਣੀ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹਰਵਿੰਦਰ ਕੌਰ ਵੱਲੋਂ, ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ 9 ਮੰਥ ਵਾਲੇ ਪੇਪਰ ਸੀਗੇ ਰੀਜੋ, ਅਤੇ 9:09 ਕਹਿੰਦੇ ਕੀ ਨਿਕਲ ਸਕਦੇ ਆ ਜਾਂ ਨਹੀਂ? ਅਤੇ ਰੀਜੋ ਮੀਲੀਆ ਦੇ ਵਿੱਚੋਂ 9 ਮੰਥ ਵਾਲੇ ਪੇਪਰਾਂ ਦੇ ਲਈ ਜਿਵੇਂ ਕਿ ਹੁਣ ਨਵੀਂ ਲਿਸਟ ਵੰਡੀ ਗਈ ਸੀਗੀ ਉਹਦੇ ਹਿਸਾਬ ਦੇ ਨਾਲ ਜਿਹੜਾ 25 ਕੋਟਾ ਉਹ ਹੋਰ ਵਧਾ ਦਿੱਤਾ ਗਿਆ ਸੀਗਾ, ਅਤੇ ਥੋੜ੍ਹੀ ਜਿਹੀ ਵੇਟ ਹੋਰ ਕਰ ਲਓ, ਜੇਕਰ ਤੁਹਾਡਾ ਕੋਟੇ ਵਿੱਚ ਨਾਮ ਆ ਗਿਆ ਤਾਂ ਪੇਪਰ ਜਿਹੜੇ ਤੁਹਾਡੇ ਜ਼ਰੂਰ ਨਿਕਲੂਗੇ, ਅਤੇ ਪੇਪਰ ਨਿਕਲਣ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਲੱਗ ਰਿਹਾ, ਇਹ ਪੇਪਰ ਜਿਹੜੇ ਆ ਜਲਦੀ ਨਿਕਲ ਰਹੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਨਿੰਦਰ ਮਾਲਕਪੁਰੀਆ ਵੱਲੋਂ, ਅਤੇ ਕਹਿੰਦੇ ਮੋਡ BPSLFE ਕਹਿੰਦੇ B2020 ਕਿਹੜੇ ਪੇਪਰ ਹੁੰਦੇ ਆ? ਅਤੇ ਜਿਹੜੇ ਪੇਪਰ ਇੱਕ ਸਪੈਸ਼ਲ ਕੈਟੇਗਰੀ ਵਾਲੇ ਪੇਪਰ ਹੁੰਦੇ ਆ, ਇਹ ਪੇਪਰ ਤੁਹਾਡੇ ਜਿਹੜੇ ਹੈਗੇ ਆ ਸਾਲ ਵਾਲੇ ਪੇਪਰ ਹੁੰਦੇ ਆ, ਅਤੇ ਪੇਪਰ ਇਹ ਪੱਕੇ ਪੇਪਰ ਹੁੰਦੇ ਆ, ਅਤੇ ਤੁਸੀਂ ਕੰਪਨੀ ਦੇ ਥਰੂ ਜਿਹੜੇ ਇਹ ਪੇਪਰ ਭਰਵਾ ਸਕਦੇ ਆ, ਅਤੇ ਪੇਪਰ ਭਰਵਾਉਣ ਦੇ ਲਈ ਨਾ ਤਾਂ ਤੁਹਾਨੂੰ ਕਿਸੇ ਟਾਈਮਿੰਗ ਦੀ ਲੋੜ ਆ, ਅਤੇ ਨਾ ਹੀ ਤੁਹਾਨੂੰ ਕਿਸੇ ਸਹੀ ਤਰੀਕ ਦੀ ਲੋੜ ਆ, ਕਦੇ ਵੀ ਜਿਹੜੇ ਇਹ ਤੁਸੀਂ ਆਪਣੇ ਪੇਪਰ ਭਰਵਾ ਸਕਦੇ ਆ। ਅਤੇ ਮੋਡ LFE ਵਾਲੇ ਜਿਹੜੇ ਹੁਣ ਕਾਫੀ ਪੇਪਰ ਇਹ ਨਿਕਲ ਰਹੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਦੇਖ ਰਹੇ ਨੇ, ਅਗਲਾ ਕਮੈਂਟ ਹੈਗਾ ਜੀ ਕ੍ਰਿਸ਼ਨਾ ਕੁਮਾਰ ਵੱਲੋਂ, ਕਹਿੰਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਰੈਫਰੈਂਸ ਨੰਬਰ ਹੈਗਾ ਆ 96,000 ਦੇ ਕਰੀਬ, ਕਹਿੰਦੇ ਅਪੁਆਇੰਟਮੈਂਟ ਕਹਿੰਦੇ ਹਜੇ ਤੱਕ ਨਹੀਂ ਮਿਲੀ, ਅਤੇ ਕਦੋਂ ਕੁ ਤੱਕ ਮਿਲ ਸਕਦੀ ਆ? ਅਤੇ ਤੁਹਾਨੂੰ ਜਿਹੜੀ ਅਪੁਆਇੰਟਮੈਂਟ ਇਹ ਹੋ ਸਕਦਾ ਸਤੰਬਰ ਦੇ ਲਾਸਟ ਦੇ ਵਿੱਚ ਮਿਲੇ, ਕਿਉਂਕਿ ਹਜੇ ਕਾਫੀ ਰੈਫਰੈਂਸ ਨੰਬਰ ਜਿਹੜੇ ਹਜੇ ਘੱਟ ਚੱਲ ਰਹੇ ਆ, ਅਤੇ ਇਸ ਮਹੀਨੇ ਕਾਫੀ ਘੱਟ ਚਾਂਸ ਆ ਤੁਹਾਨੂੰ ਅਪੁਆਇੰਟਮੈਂਟ ਮਿਲਣ ਦੇ, ਅਤੇ ਸਤੰਬਰ ਦੇ ਵਿੱਚ ਜਿਹੜੀ ਆ ਲਾਸਟ ਤੱਕ ਤੁਹਾਨੂੰ ਜਿਹੜੀ ਅਪੁਆਇੰਟਮੈਂਟ ਉਹ ਮਿਲ ਸਕਦੀ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੰਦੀਪ ਕੁਮਾਰ ਵੱਲੋਂ, ਕਹਿੰਦੇ ਵੀਰ ਜੀ 2025 ਵਿੱਚ ਕਹਿੰਦੇ ਪੇਪਰ ਖੁਦ ਨਿਕਲਣਗੇ ਪੇਪਰ ਜਾਂ ਨਹੀਂ? ਕਹਿੰਦੇ ਪਲੀਜ਼ ਰਿਪਲਾਈ ਜ਼ਰੂਰ ਕਰਿਓ। ਹਾਂਜੀ 2025 ਦੇ ਵਿੱਚ ਤੁਸੀਂ ਜਿਹੜੇ ਆਪਣੇ ਦੁਬਾਰਾ ਫਿਰ ਤੋਂ ਪੇਪਰ ਭਰਵਾ ਸਕਦੇ ਆ ਫਰਵਰੀ ਮਹੀਨੇ, ਅਤੇ ਮਹੀਨਾ ਇਹ ਮਾਰਚ ਵੀ ਹੋ ਸਕਦਾ, ਇਹ ਆਪਾਂ ਤੁਹਾਨੂੰ ਨੇੜੇ ਜਾ ਕੇ ਦੱਸਾਂਗੇ ਜਦੋਂ ਸਰਕਾਰ ਵੱਲੋਂ ਕੋਈ ਵੀ ਇਸ ਬਾਰੇ ਅਪਡੇਟ ਆਈ, ਪਰ ਹਜੇ ਤੱਕ ਜਿਹੜਾ ਇਹ ਫਰਵਰੀ ਮਹੀਨਾ ਜਿਹੜਾ ਰੱਖਿਆ ਗਿਆ ਆ, ਅਤੇ ਫਰਵਰੀ 2025 ਦੇ ਵਿੱਚ ਤੁਸੀਂ ਆਪਣੇ 9 ਮਹੀਨੇ ਵਾਲੇ ਸਾਲ ਫਿਰ ਡੋਮੈਸਟਿਕ ਪੇਪਰ ਵਾਲੇ, ਅਤੇ ਜੇ ਫਿਰ ਜਿਹੜੇ ਵੀਰਾਂ ਨੇ ਕਨਵਰਸ ਯੂਨੀਅਨ ਦਾ ਦਮਾਂਦਾ ਕਰਾਉਣਾ ਉਹ ਵੀ ਤੁਸੀਂ ਕਰਵਾ ਸਕਦੇ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜਸ਼ਨ ਕੰਬੋਜ ਵੱਲੋਂ, ਕਹਿੰਦੇ ਵੀਰ ਜੀ ਡੋਮੈਸਟਿਕ ਪੇਪਰਾਂ 'ਤੇ ਵੀਜ਼ਾ ਕਹਿੰਦੇ ਕਿੰਨੇ ਮੰਥ ਦਾ ਲੱਗਦਾ ਹੈ? ਪੇਪਰ ਕਹਿੰਦੇ ਪੱਕੇ ਹੁੰਦੇ ਆ ਇਹ? ਹਾਂਜੀ ਬਿਲਕੁਲ, ਇਹ ਪੇਪਰ ਜਿਹੜੇ ਆ ਪੱਕੇ ਪੇਪਰ ਹੁੰਦੇ ਆ, ਘਰਾਂ ਦੇ ਵਿੱਚ ਕੰਮ ਕਰਨ ਦੇ ਲਈ ਜਿਹੜੇ ਇਹ ਪੇਪਰ ਭਰਵਾਏ ਜਾਂਦੇ ਆ, ਅਤੇ ਇਹਨਾਂ ਉੱਤੇ ਵੀ ਜਿਹੜਾ ਤੁਹਾਡਾ ਵੀਜ਼ਾ ਇਹ 1 ਸਾਲ ਦਾ ਲੱਗਦਾ ਹੈ, ਅਤੇ ਇੱਥੇ ਆ ਕੇ ਤੁਹਾਡੇ ਪੇਪਰ ਉਹ ਜਮ੍ਹਾਂ ਜਿਹੜੇ ਹੋਣੇ ਬਹੁਤ ਜ਼ਰੂਰੀ ਆ, ਅਤੇ ਕਾਫੀ ਏਜੰਟ ਜਿਹੜੇ ਆਪਣੇ ਵੀਰਾਂ ਭਰਾਵਾਂ ਨੂੰ ਨਹੀਂ ਦੱਸਦੇ ਕਿ ਤੁਹਾਡੇ ਪੇਪਰ ਇੱਥੇ ਆ ਕੇ ਜਮ੍ਹਾਂ ਹੁੰਦੇ ਆ, ਅਤੇ ਉਹ ਕਹਿ ਦਿੰਦੇ ਹੈਗੇ ਆ ਕਿ ਤੁਹਾਡਾ ਅਸੀਂ ਇੱਥੇ ਆ ਕੇ ਵੀਜ਼ਾ ਜਿਹੜਾ ਉਹ ਐਕਸਟੈਂਡ ਕਰਵਾ ਦੇਵਾਂਗੇ, ਵੀਜ਼ਾ ਇੱਥੇ ਆ ਕੇ ਐਕਸਟੈਂਡ ਜਿਹੜਾ ਉਹ ਤੁਹਾਡਾ ਨਹੀਂ ਹੁੰਦਾ, ਅਤੇ ਇਸ ਚੀਜ਼ ਦਾ ਤੁਸੀਂ ਕਾਫੀ ਧਿਆਨ ਰੱਖਿਓ, ਤੁਹਾਨੂੰ ਜਿਹੜੇ ਪੇਪਰ ਇੱਥੇ ਆ ਕੇ ਜਮ੍ਹਾਂ ਕਰਾਉਣੇ ਪੈਂਦੇ ਆ, ਅਤੇ ਜੇਕਰ ਤੁਸੀਂ ਆਪਣੇ ਪੇਪਰ ਬਣਵਾਉਣੇ ਆ ਤਾਂ ਠੀਕ 8 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਐਂਟਰੀ ਹੋਣੀ ਇੱਥੇ ਬਹੁਤ ਜ਼ਰੂਰੀ ਆ, ਅਤੇ ਉਸ ਤੋਂ ਬਾਅਦ ਜਿਹੜੇ ਮਾਲਕ ਨੇ ਤੁਹਾਡੇ ਪੇਪਰ ਭਰੇ ਉਹ ਤੁਹਾਡੀ ਕਿੱਟ ਜਮ੍ਹਾਂ ਕਰਾਉਂਦਾ, ਅਤੇ ਤੁਹਾਨੂੰ ਫਿੰਗਰਾਂ ਦੀ ਤਰੀਕ ਮਿਲ ਜਾਂਦੀ ਆ, ਅਤੇ ਫਿੰਗਰਾਂ ਦੀ ਤਰੀਕ ਮਿਲਣ ਤੋਂ ਬਾਅਦ ਤੁਹਾਨੂੰ ਜਿਹੜੀ ਆ ਨੋਰਮਲ ਸੰਜੋਨ ਉਹ ਜਿਹੜੀ ਉਹ ਮਿਲ ਜਾਂਦੀ ਆ।
ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਗੌਤਮ ਅਰੋੜਾ ਵੱਲੋਂ, ਕਹਿੰਦੇ ਵੀਰ ਜੀ ਰੈਫਰੈਂਸ ਨੰਬਰ ਹੈਗਾ ਆ 88,000+, ਕਹਿੰਦੇ ਦਿੱਲੀ ਤੋਂ ਅਪੁਆਇੰਟਮੈਂਟ ਕਹਿੰਦੇ ਕਦੋਂ ਕੁ ਤੱਕ ਮਿਲ ਸਕਦੀ ਆ? ਅਤੇ ਦਿੱਲੀ ਤੋਂ ਅਪੁਆਇੰਟਮੈਂਟ ਮਿਲਣ ਦਾ ਪ੍ਰੋਸੈਸ ਜਿਹੜਾ ਇਹ ਕਾਫੀ ਤੇਜ਼ ਚੱਲ ਰਿਹਾ ਆ, ਅਤੇ ਹੁਣ 60,000 ਤੋਂ ਲੈ ਕੇ 70,000 ਦੇ ਵਿੱਚ ਜਿਹੜਾ ਰੈਫਰੈਂਸ ਨੰਬਰ ਚੱਲ ਰਿਹਾ ਆ, ਅਤੇ ਥੋੜ੍ਹੀ ਜਿਹੀ ਵੇਟ ਹੋਰ ਕਰ ਲਓ, ਸਤੰਬਰ ਦੇ ਵਿੱਚ ਜਿਹੜੀ ਇਹ ਤੁਹਾਨੂੰ ਅਪੁਆਇੰਟਮੈਂਟ ਜ਼ਰੂਰ ਮਿਲੂਗੀ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਿੰਘ ਪ੍ਰੀਤ ਵੱਲੋਂ, ਕਹਿੰਦੇ ਭਾਅ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਆ, ਕਹਿੰਦੇ ਤੁਸੀਂ ਅਤੇ ਆਪਾਂ ਕਹਿੰਦੇ ਤੁਹਾਡੀ ਜਿਹੜੀ ਵੀਡੀਓ ਸਪੇਨ ਤੋਂ ਦੇਖਦੇ ਹਾਂ, ਅਤੇ ਇੱਥੇ ਬਹੁਤ ਬਹੁਤ ਧੰਨਵਾਦ ਆਪਣੇ ਸਾਰੇ ਵੀਰਾਂ ਭਰਾਵਾਂ ਦਾ ਇੰਨਾ ਐਪਰੀਸ਼ੀਏਟ ਕਰਨ ਦੇ ਲਈ। ਅਤੇ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ, ਤਾਂ ਜੋ ਹੋਰ ਵੀ ਆਪਣੇ ਵੀਰ ਭਰਾ ਜਿਹੜੇ ਆਪਾਂ ਨਾਲ ਜੁੜ ਸਕਣ, ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਆਪਾਂ ਨੂੰ ਇਨਫੋਰਮੇਸ਼ਨ ਉਹ ਮਿਲ ਸਕੇ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਇਨਫੋਰਮੇਸ਼ਨ ਵੀਡੀਓ ਵੱਲੋਂ, ਕਹਿੰਦੇ ਜਿਨ੍ਹਾਂ ਵੀਰਾਂ ਨੂੰ ਰਿਜੈਕਟ ਦੀ ਮੇਲ ਆਈ ਆ ਵਟਸਐਪ ਗਰੁੱਪ ਦੇ ਵਿੱਚ ਐਡ ਹੋ ਜਾਓ, ਅਤੇ ਕਹਿੰਦੇ ਆਪਾਂ ਮਿਲ ਕੇ ਜਿਹੜਾ BFS ਕਹਿੰਦੇ ਚਲਾਂਗੇ। ਹਾਂਜੀ ਬਿਲਕੁਲ, ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਉੱਥੇ ਇੱਕ ਦੂਜੇ ਨਾਲ ਗੱਲਬਾਤ ਵੀ ਕਰ ਸਕਦੇ ਹਾਂ। ਅਤੇ ਸੋਮਵਾਰ ਨੂੰ ਜਿਹੜੇ ਕਾਫੀ ਆਪਣੇ ਵੀਰ ਭਰਾ ਇਕੱਠੇ ਹੋ ਕੇ ਅੰਬੈਸੀ ਦੇ ਵਿੱਚ ਜਾਣਗੇ, ਅਤੇ ਇਕੱਲੇ ਇਕੱਲੇ ਜਾਣ ਦੇ ਨਾਲੋਂ ਜੇਕਰ ਤੁਸੀਂ ਇਕੱਠੇ ਹੋ ਕੇ ਜਾਂਦੇ ਆ ਤਾਂ ਜ਼ਿਆਦਾ ਵਧੀਆ ਗੱਲ ਆ। ਅਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਹਰਪ੍ਰੀਤ ਸਿੰਘ ਵੱਲੋਂ, ਕਹਿੰਦੇ 12 ਜੂਨ ਦੀ ਕੀਤੀ ਸੀਗੀ ਅਪੁਆਇੰਟਮੈਂਟ ਬੁੱਕ, ਅਤੇ 1700+ ਰੈਫਰੈਂਸ ਨੰਬਰ ਆ, ਅਤੇ ਕਹਿੰਦੇ ਕੋਈ ਅਪਡੇਟ ਨਹੀਂ ਆਈ ਹੈਗੀ, ਨਾ ਰੀ ਅਪਲੋਡ ਕੀਤਾ ਅਤੇ ਨਾ ਹੀ ਕੋਈ ਰਿਐਕਸ਼ਨ ਆਈ ਆ, ਅਤੇ ਕਹਿੰਦੇ ਅਪੁਆਇੰਟਮੈਂਟ ਕਦੋਂ ਕੁ ਤੱਕ ਮਿਲ ਸਕਦੀ ਆ? ਅਤੇ ਅਪੁਆਇੰਟਮੈਂਟ ਜਿਹੜੀ ਉਹ ਤੁਹਾਨੂੰ ਜ਼ਰੂਰ ਮਿਲ ਜਾਣੀ ਜੇਕਰ ਤੁਹਾਡੀ ਫਾਈਲ ਜਿਹੜੀ ਉਹ ਰਿਜੈਕਟ ਨਹੀਂ ਹੋਈ। ਅਤੇ ਅਪੁਆਇੰਟਮੈਂਟਾਂ ਜਿਹੜੀਆਂ ਹੁਣ ਕਾਫੀ ਘੱਟ ਰੈਫਰੈਂਸ ਨੰਬਰ ਵਾਲਿਆਂ ਨੂੰ ਵੀ ਮਿਲ ਰਹੀਆਂ ਆ, ਜਿਵੇਂ ਕਿ ਇੱਕ ਆਪਣੇ ਵੀਰ ਨੂੰ ਮਿਲੀ ਸੀਗੀ ਅਪੁਆਇੰਟਮੈਂਟ, ਉਹਨਾਂ ਦਾ ਰੈਫਰੈਂਸ ਨੰਬਰ ਸੀਗਾ 7,682, ਅਤੇ 5 ਸਤੰਬਰ ਦੀ ਜਿਹੜੀ ਉਹਨਾਂ ਨੂੰ ਅਪੁਆਇੰਟਮੈਂਟ ਮਿਲੀ ਸੀਗੀ, ਅਤੇ 14 ਜੂਨ ਨੂੰ ਉਹਨਾਂ ਨੇ ਆਪਣੀ ਅਪੁਆਇੰਟਮੈਂਟ ਬੁੱਕ ਕੀਤੀ ਸੀਗੀ। ਅਤੇ ਵੇਟ ਕਰ ਲਓ, ਹੁਣ ਸਾਰੇ ਵੀਰਾਂ ਭਰਾਵਾਂ ਨੂੰ ਅਪੁਆਇੰਟਮੈਂਟਾਂ ਜਿਹੜੀਆਂ ਇਹ ਮਿਲ ਜਾਣੀਆਂ ਆ। ਹਾਂਜੀ ਅਤੇ ਇਹ ਸੀਗੀ ਅੱਜ ਦੀ ਇਹ ਆਪਣੀ ਵੀਡੀਓ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਵਧੀਆ ਲੱਗਦੀ ਹੁੰਦੀ ਵੀਡੀਓ, ਇਨਫੋਰਮੇਸ਼ਨ ਵਾਲੀ ਲੱਗਦੀ ਹੁੰਦੀ, ਤਾਂ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ। ਅਤੇ ਜੇਕਰ ਤੁਹਾਡਾ ਕੋਈ ਸਵਾਲ ਆ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹਾਂ, ਅਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕਮੈਂਟਾਂ ਦਾ ਵੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ, ਅਤੇ ਹੁਣ ਜਲਦੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਵਿੱਚ।